ਚੁੰਨੀ ਲਾਲ ਹੋਰੀ ਵੋਟ ਪਾਉਣ ਦੇ ਲਈ ਪਹੁੰਚੇ ਨੇ, ਕਿਵੇਂ ਦਾ ਲੱਗ ਰਿਹਾ ਅੱਜ ਤੁਹਾਡੇ ਬੇਟੇ ਦੇ ਭਵਿੱਖ ਦਾ? ਅਗਲੇ 2.5 ਸਾਲ ਦਾ ਫੈਸਲਾ ਜਲੰਧਰ ਵੈਸ ਦੇ ਲੋਕਾਂ ਨੇ ਕਰਨਾ। ਭਗਤ ਜੀ, ਪਹਿਲੇ ਵੀ ਬਹੁਤ ਤੁਹਾਨੂੰ ਪਤਾ ਹੋਏਗਾ ਕਿ ਮੈਂ ਕੰਮ ਕਰਵਾਇਆ ਆਪਣੇ ਇਲਾਕੇ ਦੇ ਵਿੱਚ, ਉਸ ਦੇ ਬਾਅਦ ਕੰਮ ਕੋਈ ਨਹੀਂ ਹੋਇਆ, ਤਾਂ ਮੇਰੇ ਨਾਲ ਹੀ ਹੁੰਦੇ ਹਨ ਭਗਤ ਮਹਿੰਦਰ ਵੀ, ਜਿਹੜੇ ਕੰਮ ਕਰਾਉਣ ਦੇ ਵਿੱਚ ਸਾਰੇ ਲੋਕਾਂ ਦੇ ਅੱਜ ਵੀ ਲੋਕ ਯਾਦ ਕਰ ਰਹੇ ਨੇ ਕਿ ਭਗਤ ਜੀ ਜਿਹੜੇ ਤੁਸੀਂ ਕੰਮ ਕਰਾਏ ਸਨ ਉਹ ਹੋਏ ਨੇ, ਉਹਦੇ ਬਾਅਦ ਕੋਈ ਕੰਮ ਨਹੀਂ ਹੋਇਆ। ਤੁਸੀਂ ਅੱਜ ਆਸ਼ੀਰਵਾਦ ਦਿੱਤਾ ਉਹਨਾਂ ਨੇ, ਪੈਰੀ ਹੱਥ ਲਗਾਇਆ ਤੁਹਾਨੂੰ, ਲੇਕਿਨ ਓਪੋਜੀਸ਼ਨ ਵਾਲੇ ਇਹ ਵੀ ਅਜੇ ਵੀ ਕਹਿ ਰਹੇ, ਕਹਿੰਦੇ ਕਿ ਤੁਸੀਂ ਬੀਜੇਪੀ 'ਚ ਹੋ, ਉਹ ਆਮ ਆਦਮੀ ਪਾਰਟੀ ਦੇ ਵਿੱਚ ਨੇ, ਤੁਹਾਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ। ਮੈਂ ਪਹਿਲਾਂ ਹੀ ਕਿਹਾ ਸੀ ਪਾਰਟੀ ਨੂੰ ਕਿ ਮੈਂ ਰਿਟਾਇਰ ਹੋ ਗਿਆ ਵਾਂ, ਮੈਂ ਕਿਸੇ ਪਾਰਟੀ ਵਿੱਚ ਹੁਣ ਨਹੀਂ, ਜੇ ਮੈਂ ਕੰਮ ਕਰ ਹੀ ਨਹੀਂ ਸਕਦਾ ਤਾਂ ਕਿਸੇ ਪਾਰਟੀ ਦੇ ਵਿੱਚ ਰਹਿਣ, ਮੈਂ ਕਿਸੇ ਮੀਟਿੰਗ 'ਚ ਨਹੀਂ ਜਾਂਦਾ, ਜਦ ਕਿਤੇ ਨਾ ਮੈਨੂੰ ਬੁਲਾਉਂਦੇ ਨਾ ਮੈਂ ਜਾਂਦਾ ਵਾਂ। ਇਸ ਕਰਕੇ ਮੇਰਾ ਬੇਟਾ ਹੈ, ਉਸਨੇ ਆਸ਼ੀਰਵਾਦ ਮੇਰੇ ਕੋਲੋਂ ਲੈਣਾ ਸੀ ਅਤੇ ਉਸਨੂੰ ਆਸ਼ੀਰਵਾਦ ਜਿਹੜਾ ਹੈ ਮੈਂ ਹੀ ਦੇਣਾ ਸੀ। ਤੁਸੀਂ ਬੀਜੇਪੀ ਦਾ ਹਿੱਸਾ ਹੋ ਜਾਂ ਨਹੀਂ ਹੋ ਟੈਕਨੀਕਲ ਤੌਰ 'ਤੇ? ਦੇਖੋ, ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹੁਣ, ਮੈਂ ਤਾਂ ਰਿਟਾਇਰਮੈਂਟ ਹਾਂ ਬਸ, ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹੈ, ਬੀਜੇਪੀ ਦਾ ਵੀ ਨਹੀਂ, ਹੋਰ ਕਿਸੇ ਪਾਰਟੀ ਦਾ ਵੀ ਨਹੀਂ, ਮੈਂ ਕਿਸੇ ਪਾਰਟੀ ਦਾ ਕੋਈ ਹਿੱਸਾ ਨਹੀਂ। ਜਿਵੇਂ ਤੁਸੀਂ ਜਦੋਂ ਜਿੱਤੇ ਸੀ, ਮੰਤਰੀ ਬਣੇ ਸੀ, ਤੁਹਾਨੂੰ ਲੱਗਦਾ ਕਿ ਮਹਿੰਦਰ ਹੋਰੀ ਜਿੱਤਣਗੇ ਤਾਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਮੰਡਲ 'ਚ ਆ ਸਕਦੇ ਨੇ? ਮਾਨ ਸਾਹਿਬ ਕਹਿ ਤਾਂ ਰਹੇ ਨੇ, ਦੇਖੋ ਹੁਣ ਫਿਰ ਕਹਿ ਰਹੇ ਨੇ ਕਿ ਤੁਸੀਂ ਆਪਣੇ ਵਿਧਾਨ ਸਭਾ ਦੀਆਂ ਪੌੜੀਆਂ ਜਿਹੜੀਆਂ ਨੇ ਚੜ੍ਹਾ ਦਿਓ, ਅੱਗੋਂ ਮੈਂ ਚੜ੍ਹਾ ਦੇਵਾਂਗਾ ਮੰਤਰੀ ਦੀ। ਤਾਂ ਦੇਖੋ ਹੁਣ ਉਮੀਦ ਹੈ ਬੜੀ ਕਿ ਜੇ ਮਾਨ ਸਾਹਿਬ ਨੇ ਕਿਹਾ ਹੈ ਤੇ ਇਹਨਾਂ ਨੂੰ ਮੰਤਰੀ ਬਣਾ ਲੈਣਗੇ, ਕਿਉਂਕਿ ਤਜਰਬਾ ਵੀ ਹੈ ਇਹਨਾਂ ਨੂੰ, ਮੇਰੇ ਨਾਲ 5 ਸਾਲ ਪੂਰੇ ਰਹੇ ਨੇ, ਤਜਰਬਾ ਵੀ ਹੈ, ਅੱਛਾ ਕੰਮ ਕਰਨ ਦਾ ਤਜਰਬਾ ਹੈ, ਤਾਂ ਅਗਰ ਲੈ ਲੈਣ ਤਾਂ ਅੱਛਾ ਹੀ ਹੈ ਜੀ। ਆਮ ਆਦਮੀ ਪਾਰਟੀ ਲਈ ਤੁਸੀਂ ਆਉਣ ਵਾਲੇ ਦਿਨਾਂ 'ਚ ਅੱਗੇ ਪ੍ਰਚਾਰ ਕਰੋਗੇ ਜਾਂ ਮਹਿੰਦਰ ਭਗਤ ਹੋਰੀ ਮੰਤਰੀ ਬਣਨਗੇ ਤਾਂ ਫਿਰ ਤੁਸੀਂ ਵੀ ਕੰਮ ਦੇਖੋਗੇ ਉਹਨਾਂ ਦੇ? ਮੈਂ ਕੰਮ ਕੀ ਦੇਖਣੇ, ਮੈਂ ਤਾਂ ਦੇਖ ਨਹੀਂ ਸਕਦਾ, ਬਸ ਇੰਨਾ ਵੋਟ ਪਾਉਣ ਦੀ ਕਰੀ ਆਇਆ ਮੈਂ ਤਾਂ ਆਪਣੇ ਕਮਰੇ 'ਚ ਹੀ ਰਹਿੰਦਾ ਵਾਂ, ਗਰਮੀਆਂ ਹੁਣ ਤਦ ਅੰਤ ਕਮਰੇ 'ਚ, ਸਰਦੀਆਂ ਹੁਣ ਤਦ ਕਮਰੇ 'ਚ, ਤਾਂ ਮੈਂ ਤੁਰ ਸਕਦਾ ਨਹੀਂ, ਅਤੇ ਉਮਰ ਜਿਹੜੀ ਹੈ, ਉਮਰ ਦੇ ਤਕਾਜ਼ੇ ਨਾਲ ਮੈਂ ਹੁਣ ਕੁਛ ਕਰ ਨਹੀਂ ਸਕਦਾ, ਤਾਂ ਕੰਮ ਤਾਂ ਮੈਂ ਨਾ ਪਿਆ ਕਰਨਾ ਵਾਂ ਨਾ ਕਰ ਸਕਣਾ, ਕਿਉਂਕਿ ਹੁਣ ਉਮਰ ਜਿਹੜੀ ਹੋਰ ਵੱਧਦੀ ਜਾਂਦੀ ਪਈ, ਕੋਈ ਘੱਟਦੀ ਤਾਂ ਹੈ ਕੋਈ ਨਹੀਂ, ਕਿਉਂਕਿ ਕਮਜ਼ੋਰੀ ਜਿਹੜੀ ਸਰੀਰ ਦੇ ਵਿੱਚ ਵੱਧਦੀ ਪਈ ਆ, ਕੋਈ ਘੱਟਦੀ ਤਾਂ ਹੈ ਕੋਈ ਨਹੀਂ ਪਈ। ਚਲੋ, ਚੁੰਨੀ ਲਾਲ ਹੋਰੀ ਵੋਟ ਪਾਉਣ ਦੇ ਲਈ ਪਹੁੰਚੇ ਨੇ, ਕਿਵੇਂ ਦਾ ਲੱਗ ਰਿਹਾ ਅੱਜ ਤੁਹਾਡੇ ਬੇਟੇ ਦੇ ਭਵਿੱਖ ਦਾ? ਅਗਲੇ 2.5 ਸਾਲ ਦਾ ਫੈਸਲਾ ਜਲੰਧਰ ਵੈਸ ਦੇ ਲੋਕਾਂ ਨੇ ਕਰਨਾ। ਭਗਤ ਜੀ, ਪਹਿਲੇ ਵੀ ਬਹੁਤ ਤੁਹਾਨੂੰ ਪਤਾ ਹੋਏਗਾ ਕਿ ਮੈਂ ਕੰਮ ਕਰਵਾਇਆ ਆਪਣੇ ਇਲਾਕੇ ਦੇ ਵਿੱਚ, ਉਸ ਦੇ ਬਾਅਦ ਕੰਮ ਕੋਈ ਨਹੀਂ ਹੋਇਆ, ਤਾਂ ਮੇਰੇ ਨਾਲ ਹੀ ਹੁੰਦੇ ਹਨ ਭਗਤ ਮਹਿੰਦਰ ਵੀ, ਜਿਹੜੇ ਕੰਮ ਕਰਾਉਣ ਦੇ ਵਿੱਚ ਸਾਰੇ ਲੋਕਾਂ ਦੇ ਅੱਜ ਵੀ ਲੋਕ ਯਾਦ ਕਰ ਰਹੇ ਨੇ ਕਿ ਭਗਤ ਜੀ ਜਿਹੜੇ ਤੁਸੀਂ ਕੰਮ ਕਰਾਏ ਸਨ ਉਹ ਹੋਏ ਨੇ, ਉਹਦੇ ਬਾਅਦ ਕੋਈ ਕੰਮ ਨਹੀਂ ਹੋਇਆ। ਤੁਸੀਂ ਅੱਜ ਆਸ਼ੀਰਵਾਦ ਦਿੱਤਾ ਉਹਨਾਂ ਨੇ, ਪੈਰੀ ਹੱਥ ਲਗਾਇਆ ਤੁਹਾਨੂੰ, ਲੇਕਿਨ ਓਪੋਜੀਸ਼ਨ ਵਾਲੇ ਇਹ ਵੀ ਅਜੇ ਵੀ ਕਹਿ ਰਹੇ, ਕਹਿੰਦੇ ਕਿ ਤੁਸੀਂ ਬੀਜੇਪੀ 'ਚ ਹੋ, ਉਹ ਆਮ ਆਦਮੀ ਪਾਰਟੀ ਦੇ ਵਿੱਚ ਨੇ, ਤੁਹਾਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ। ਮੈਂ ਪਹਿਲਾਂ ਹੀ ਕਿਹਾ ਸੀ ਪਾਰਟੀ ਨੂੰ ਕਿ ਮੈਂ ਰਿਟਾਇਰ ਹੋ ਗਿਆ ਵਾਂ, ਮੈਂ ਕਿਸੇ ਪਾਰਟੀ ਵਿੱਚ ਹੁਣ ਨਹੀਂ, ਜੇ ਮੈਂ ਕੰਮ ਕਰ ਹੀ ਨਹੀਂ ਸਕਦਾ ਤਾਂ ਕਿਸੇ ਪਾਰਟੀ ਦੇ ਵਿੱਚ ਰਹਿਣ, ਮੈਂ ਕਿਸੇ ਮੀਟਿੰਗ 'ਚ ਨਹੀਂ ਜਾਂਦਾ, ਜਦ ਕਿਤੇ ਨਾ ਮੈਨੂੰ ਬੁਲਾਉਂਦੇ ਨਾ ਮੈਂ ਜਾਂਦਾ ਵਾਂ। ਇਸ ਕਰਕੇ ਮੇਰਾ ਬੇਟਾ ਹੈ, ਉਸਨੇ
ਆਸ਼ੀਰਵਾਦ ਮੇਰੇ ਕੋਲੋਂ ਲੈਣਾ ਸੀ ਤੇ ਉਸ ਨੂੰ ਆਸ਼ੀਰਵਾਦ ਜਿਹੜਾ ਮੈਂ ਹੀ ਦੇਣਾ ਸੀ। ਤੁਸੀਂ ਬੀਜੇਪੀ ਦਾ ਹਿੱਸਾ ਹੋ ਜਾਂ ਨਹੀਂ ਹੋ ਟੈਕਨੀਕਲ ਤੌਰ ਤੇ? ਦੇਖੋ ਮੈਂ ਤੁਹਾਨੂੰ ਬੇਨਤੀ ਕੀਤੀ ਹੈ ਕਿ ਮੈਂ ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹੋਣਾ, ਮੈਂ ਤਾਂ ਰਿਟਾਇਰਮੈਂਟ ਹਾਂ ਬਸ, ਕਿਸੇ ਵੀ ਪਾਰਟੀ ਦਾ ਹਿੱਸਾ ਨਹੀਂ ਹੈ, ਬੀਜੇਪੀ ਦਾ ਵੀ ਨਹੀਂ, ਹੋਰ ਕਿਸੇ ਪਾਰਟੀ ਦਾ ਵੀ ਨਹੀਂ, ਮੈਂ ਕਿਸੇ ਪਾਰਟੀ ਦਾ ਕੋਈ ਹਿੱਸਾ ਨਹੀਂ। ਜਿਵੇਂ ਤੁਸੀਂ ਜਦੋਂ ਜਿੱਤੇ ਸੀ ਮੰਤਰੀ ਬਣੇ ਸੀ, ਤੁਹਾਨੂੰ ਲੱਗਦਾ ਹੈ ਕਿ ਮਹਿੰਦਰ ਹੋਰੀ ਜਿੱਤਣਗੇ ਤਾਂ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਮੰਡਲ ਚ ਆ ਸਕਦੇ ਨੇ? ਮਾਨ ਸਾਹਿਬ ਕਹਿ ਤੇ ਰਹੇ ਨੇ, ਦੇਖੋ ਹੁਣ ਫਿਰ ਕਹਿ ਰਹੇ ਨੇ ਕਿ ਤੁਸੀਂ ਆਪਣੇ ਵਿਧਾਨ ਸਭਾ ਦੀਆਂ ਪੌੜੀਆਂ ਜਿਹੜੀਆਂ ਨੇ ਚੜਾ ਦਿਓ, ਅੱਗੋਂ ਮੈਂ ਚੜਾ ਦੇਵਾਂਗਾ ਮੰਤਰੀ ਦੀ। ਤਾਂ ਦੇਖੋ ਹੁਣ ਉਮੀਦ ਹੈ ਬੜੀ ਕਿ ਜੇ ਮਾਨ ਸਾਹਿਬ ਨੇ ਕਿਹਾ ਹੈ ਤੇ ਇਹਨਾਂ ਨੂੰ ਮੰਤਰੀ ਬਣਾ ਲੈਣਗੇ, ਕਿਉਂਕਿ ਤਜਰਬਾ ਵੀ ਹੈ ਇਹਨਾਂ ਨੂੰ, ਮੇਰੇ ਨਾਲ 5 ਸਾਲ ਪੂਰੇ ਰਹੇ ਨੇ, ਤਜਰਬਾ ਵੀ ਹੈ, ਅੱਛਾ ਕੰਮ ਕਰਨ ਦਾ ਤਜਰਬਾ ਹੈ, ਤਾਂ ਅਗਰ ਲੈ ਲੈਣ ਤੇ ਅੱਛਾ ਹੀ ਹੈ ਜੀ। ਆਮ ਆਦਮੀ ਪਾਰਟੀ ਲਈ ਤੁਸੀਂ ਆਉਣ ਵਾਲੇ ਦਿਨਾਂ 'ਚ ਅੱਗੇ ਪ੍ਰਚਾਰ ਕਰੋਗੇ ਜਾਂ ਮਹਿੰਦਰ ਭਗਤ ਹੋਰੀ ਮੰਤਰੀ ਬਣਨਗੇ ਤਾਂ ਫਿਰ ਤੁਸੀਂ ਵੀ ਕੰਮ ਦੇਖੋਗੇ ਉਹਨਾਂ ਦੇ? ਮੈਂ ਕੰਮ ਕੀ ਦੇਖਣੇ, ਮੈਂ ਤੁਹਾਨੂੰ ਦੇਖ ਨਹੀਂ ਸਕਦਾ, ਬਸ ਇੰਨਾ ਵੋਟ ਪਾਉਣ ਦੀ ਕਰੀ ਆਇਆ ਮੈਂ, ਮੈਂ ਤਾਂ ਆਪਣੇ ਕਮਰੇ 'ਚ ਹੀ ਰਹਿੰਦਾ, ਮੈਂ ਗਰਮੀਆਂ ਹੁਣ ਤਦ ਅੰਤ ਕਮਰੇ 'ਚ, ਸਰਦੀਆਂ ਹੁਣ ਤਦ ਕਮਰੇ 'ਚ, ਤਾਂ ਮੈਂ ਤੁਰ ਸਕਦਾ ਨਹੀਂ, ਅਤੇ ਉਮਰ ਜਿਹੜੀ ਹੈ ਉਮਰ ਦੇ ਤਕਾਜ਼ੇ ਨਾਲ ਮੈਂ ਹੁਣ ਕੁਛ ਕਰ ਨਹੀਂ ਸਕਦਾ, ਤਾਂ ਕੰਮ ਤਾਂ ਮੈਂ ਨਾ ਪਿਆ ਕਰਨਾ ਵਾ ਨਾ ਕਰ ਸਕਣਾ, ਕਿਉਂਕਿ ਹੁਣ ਉਮਰ ਜਿਹੜੀ ਹੋਰ ਵੱਧਦੀ ਜਾਂਦੀ ਪਈ, ਕੋਈ ਘਟਦੀ ਤਾਂ ਹੈ ਕੋਈ ਨਹੀਂ, ਕਿਉਂਕਿ ਕਮਜ਼ੋਰੀ ਜਿਹੜੀ ਸਰੀਰ ਦੇ ਵਿੱਚ ਵੱਧਦੀ ਪਈ ਆ, ਕੋਈ ਘਟਦੀ ਤਾਂ ਹੈ ਕੋਈ ਨਹੀਂ ਪਈ। ਚਲੋ।